ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਦੀ ਸੈਕਟਰੀ ਮੈਡਮ ਸ਼ਿਖਾ ਗੋਇਲ ਦੀ ਅਗਵਾਈ ਵਿੱਚ ਅੱਜ ਖੜਰ ਵਿਖੇ ਵਿਸ਼ੇਸ਼ ਮੁਫਤ ਕਾਨੂੰਨੀ ਸੇਵਾ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਬੋਲਦਿਆਂ ਜੱਜ ਸ਼ਿਖਾ ਗੋਇਲ ਨੇ ਕਿਹਾ ਕਿ ਅੱਜ ਬੜੇ ਅਫਸੋਸ ਦੀ ਗੱਲ ਹੈ ਕਿ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੀ ਸਹੂਲਤ ਲਈ ਬਣੀਆਂ ਮੁਫਤ ਕਾਨੂੰਨੀ ਸੇਵਾਵਾਂ ਸੰਬੰਧੀ ਲੋਕ ਅਤੇ ਗ੍ਰਾਮ ਪੰਚਾਇਤਾਂ ਇਸ ਤੋਂ ਜਾਣੂ ਨਹੀਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਮੇਂ ਸਮੇਂ ਸਿਰ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਗਰੀਬਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਤੋਂ ਵੀ ਗਰੀਬ ਲੋਕ ਵਾਕਿਫ ਨਹੀਂ ਹੁੰਦੇ। ਇਸ ਲਈ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਵੱਲੋਂ ਉਨ੍ਹਾਂ ਨੂੰ ਮਿਲਣ ਵਾਲੀਆਂ ਸਕੀਮਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਚਾਇਤਾਂ ਲੋਕਾਂ ਤੱਕ ਸਕੀਮਾਂ ਨੂੰ ਪਹੁੰਚਾਉਣਾ ਹੀ ਨਹੀਂ ਚਾਹੁੰਦੀਆਂ, ਜਦੋਂ ਕਿ ਇਹ ਉਹਨਾਂ ਦੀ ਡਿਊਟੀ ਪਹਿਲ ਦੇ ਆਧਾਰ ਤੇ ਬਣਦੀ ਹੈ ਕਿ ਲੋੜਵੰਦਾਂ ਨੂੰ ਮਿਲਣ ਵਾਲੀਆਂ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ ਜਾਵੇ। ਉਹਨਾਂ ਗ੍ਰਾਮ ਪੰਚਾਇਤਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਲੋੜਵੰਦ ਲੋਕਾਂ ਦੇ ਸਕੀਮਾਂ ਪ੍ਰਤੀ ਫਾਰਮ ਭਰ ਕੇ ਉਹਨਾਂ ਨੂੰ ਸੂਚੀ ਭੇਜੀ ਜਾਵੇ ਤਾਂ ਜੋ ਉਹ ਅਗਲੇਰੀ ਕਾਰਵਾਈ ਕਰ ਸਕਣ। ਉਹਨਾਂ ਦੱਸਿਆ ਕਿ ਸਾਲਾਨਾ 3 ਲੱਖ ਤੋਂ ਘੱਟ ਇਨਕਮ ਵਾਲੇ ਪਰਿਵਾਰ ਨੂੰ ਵੀ ਜੇਕਰ ਉਹਨਾਂ ਉੱਤੇ ਕੋਈ ਕੇਸ ਹੁੰਦਾ ਹੈ ਤਾਂ ਉਹਨਾਂ ਨੂੰ ਵਕੀਲ ਮੁਫ਼ਤ ਦਿੱਤਾ ਜਾਂਦਾ ਹੈ ਅਤੇ ਇਸ ਸੰਬੰਧੀ ਵੀ ਲੋਕ ਜਾਗਰੂਕ ਨਹੀਂ। ਉਹਨਾਂ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਵਿੱਚ ਲੱਗਦੇ ਮੁਫ਼ਤ ਕਾਨੂੰਨੀ ਜਾਗਰੂਕਤਾ ਕੈਂਪ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਤਾਂ ਜੋ ਉਹਨਾਂ ਨੂੰ ਵੀ ਮੁਫ਼ਤ ਕਾਨੂੰਨੀ ਸੇਵਾਵਾਂ ਸੰਬੰਧੀ ਜਾਣਕਾਰੀ ਮਿਲ ਸਕੇ ਅਤੇ ਉਹ ਲੋਕਾਂ ਤੱਕ ਇਸ ਨੂੰ ਦੱਸ ਸਕਣ। ਤਾਂ ਵੱਧ ਤੋਂ ਵੱਧ ਅਵੇਅਰਨੈਸ ਕਰਨ ਲਈ ਤਾਂ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਅਵੇਅਰ ਕਰ ਸਕੀਏ ਕਿ ਉਹ ਮੁਫ਼ਤ ਕਾਨੂੰਨੀ ਸਹਾਇਤਾ ਲਈ ਆਉਣ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਉਹਨਾਂ ਦੀ ਹੈਲਪ ਕਰ ਸਕੇ। ਅਸੀਂ ਪਿੰਡਾਂ ਦੇ ਸਰਪੰਚਸ ਨੂੰ, BDPOs ਨਾਲ, ਪੰਚਾਇਤ ਸੈਕਟਰੀਜ਼ ਨਾਲ ਮੰਥ ਵਾਈਜ਼ ਮੀਟਿੰਗ ਕਰਦੇ ਹੈਗੇ ਆ ਤਾਂ ਜੋ ਕਿ ਹੈਡ ਹੈ ਵਿਲੇਜ ਦੇ, ਜਿਵੇਂ ਕਿ ਸਰਪੰਚ ਹੈ ਜਾਂ ਪੰਚਾਇਤ ਸੈਕਟਰੀ ਹੈ, ਜੋ ਬਹੁਤ ਵੱਡੇ ਏਰੀਆ ਦੇ ਹੈਡ ਹੈਗੇ ਆ, ਉਹਨਾਂ ਨੂੰ ਜੇ ਇਸ ਚੀਜ਼ ਬਾਰੇ ਪਤਾ ਹੋਏਗਾ ਤਾਂ ਉਹ ਲੋਕਾਂ ਨੂੰ ਵੀ ਅਵੇਅਰ ਕਰ ਸਕਣਗੇ ਤੇ ਲੋਕਾਂ ਨੂੰ ਦੱਸ ਵੀ ਸਕਣਗੇ ਵੀ ਇਹ ਮੁਫ਼ਤ ਕਾਨੂੰਨੀ ਸਹਾਇਤਾ ਕਿਵੇਂ ਮਿਲ ਸਕਦੀ ਹੈ ਤੇ ਕਿੰਨਾ ਕਿੰਨਾ ਦੀ ਇੰਟਾਈਟਲਮੈਂਟ ਬਣਦੀ ਹੈ। ਹੁਣ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਇਨਸਾਫ਼ ਵਜੋਂ ਬਾਝੇ ਰਹਿ ਜਾਂਦੇ ਆ ਕਿਉਂਕਿ ਉਹ ਸੋਚਦੇ ਆ ਕਿ ਕਿਉਂਕਿ ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ ਜਾਂ ਅਸੀਂ ਵੀਕਰ ਸੈਕਸ਼ਨਸ ਆਫ ਸੋਸਾਇਟੀ ਹਾਂ ਤਾਂ ਸਾਨੂੰ ਇਨਸਾਫ਼ ਨਹੀਂ ਮਿਲਣਾ। ਤਾਂ ਉਹਨਾਂ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਕਿ ਇਨਸਾਫ਼ ਸਭਨਾਂ ਲਈ ਹੈ ਤੇ ਇਨਸਾਫ਼ ਲਈ ਸਭ ਨੂੰ ਇਕੁਅਲ ਓਪਰਚੁਨਿਟੀ ਮਿਲਣੀ ਚਾਹੀਦੀ ਹੈ। ਇਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਾਂ ਹੀ ਬਣੀ ਹੋਈ ਹੈ, ਮੁਫ਼ਤ ਕਾਨੂੰਨੀ ਸੇਵਾਵਾਂ ਤਾਂ ਹੀ ਬਣੀਆਂ ਹੋਈਆਂ, ਤਾਂ ਕਰਕੇ ਅਸੀਂ ਸਰਪੰਚਸ ਨਾਲ, BDPOs ਨਾਲ, ਐਡਮਿਨਿਸਟ੍ਰੇਸ਼ਨ ਨਾਲ ਮੀਟਿੰਗਸ ਕਰਦੇ ਹਾਂ ਤਾਂ ਜੋ ਇਹ ਜਿੱਥੇ ਆਪਦੇ ਏਰੀਆ 'ਚ ਜਾ ਕੇ ਲੋਕਾਂ ਨੂੰ ਦੱਸਣ, ਇਸ ਚੀਜ਼ ਬਾਰੇ ਅਵੇਅਰ ਕਰਨ, ਲੋਕ ਅਦਾਲਤ ਬਾਰੇ ਅਵੇਅਰ ਕਰਨ, ਮੀਡੀਏਸ਼ਨ ਬਾਰੇ ਅਵੇਅਰ ਕਰਨ ਤਾਂ ਜੋ ਵੱਧ ਤੋਂ ਵੱਧ ਲੋਕ ਇਹਦਾ ਫਾਇਦਾ ਚੁੱਕ ਸਕਣ। ਇਸ ਮੌਕੇ BDPO ਰਣਜੀਤ ਸਿੰਘ ਬੈਂਸ, ਲੀਗਲ ਪੈਰਾ ਵਾਲੰਟੀਅਰ ਅਜੇਬ ਸਿੰਘ ਅਭੇਪੁਰ ਵੀ ਹਾਜ਼ਰ ਸਨ। ਖਰੜ ਤੋਂ ਡੈਵਿਡ ਵਰਮਾ, ਜੀਵੇ ਪੰਜਾਬ ਟੀਵੀ। ਤੁਸੀਂ ਦੇਖ ਰਹੇ ਸੀ ਜੀਵੇ ਪੰਜਾਬ ਟੀਵੀ, ਜਿੱਥੇ ਤੁਹਾਨੂੰ ਮਿਲਣਗੇ ਹਰ ਰਾਜਨੀਤਿਕ ਕਿੱਸੇ ਤੇ ਦੇਸ਼ ਵਿਦੇਸ਼ ਦੀ ਹਰ ਛੋਟੀ ਵੱਡੀ ਖਬਰ। ਅਗਰ ਤੁਸੀਂ ਸਾਡੀ ਖਬਰ ਫੇਸਬੁੱਕ ਪੇਜ ਤੇ ਦੇਖ ਰਹੇ ਸੀ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਤੇ ਫੋਲੋ ਕਰੋ। ਅਗਰ ਤੁਸੀਂ ਸਾਡੀ ਖਬਰ YouTube ਪੇਜ ਤੇ ਦੇਖ ਰਹੇ ਸੀ ਤਾਂ ਸਾਡੇ ਪੇਜ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜ਼ਰੂਰ ਦਬਾਓ ਅਤੇ ਤੁਹਾਨੂੰ ਹਰ ਛੋਟੀ ਵੱਡੀ ਖਬਰ ਦਾ ਤੁਹਾਡੇ ਮੋਬਾਈਲ ਤੇ ਮਿਲੇਗਾ ਇੱਕ ਨੋਟੀਫਿਕੇਸ਼ਨ। ਤਾਂ ਜੁੜੇ ਰਹੋ ਜੀਵੇ ਪੰਜਾਬ ਟੀਵੀ ਦੇ ਨਾਲ।